ਸਤਨਾਮ ਧੰਵਾਹਿ ਗੁਰੂ ਸਾਹਿਬੇ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਜਿਉਂ ਬੁਲਾਵੋ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ 9 ਜਾ ਮੈਂ ਭਜਨ ਰਾਮ ਕੋ ਨਾਹੀ ਤੇਹ ਨਰ ਜਨਮ ਅਕਾਰਥ ਖੋਇਆ ਇਹ ਰਾਖੋ ਮਨ ਮਾਹੀ ਯਾ ਮੈਂ ਭਜਨ ਰਾਮ ਕੋ ਨਹੀਂ ਤੇ ਨਰ ਜਨਮ ਅਕਾਰਥ ਖੋਇਆ ਇਹ ਰਖੁ ਮਨ ਮਾਹੀ ਰਹਾਉ ਤੀਰਥ ਕਰੈ ਬ੍ਰਤੁ ਫੁਣ ਰਖੈ ਨੈ ਮਨੁਆ ਬਸਜਾ ਕੋ ਨੇ ਫਲ ਧਰਮ ਤਾਹਿ ਤੁਮ ਮਾਨੋ ਸਾਚ ਕਹਿਤ ਮੈਂ ਯਾ ਕੋ ਜੈਸੇ ਪਾਹਣ ਜਲ ਮੈਂ ਰਾਖਿਓ ਭੇਦੈ ਨਾਹੇ ਤੇ ਪਾਨਾ ਜੈਸੇ ਪਾਹਣ ਜਲ ਮੈਂ ਰਾਖਿਓ ਭੇਦੈ ਨਾਹੇ ਤੇ ਪਾਨੀ ਤੈਸੇ ਹੀ ਤੁਮ ਤਹੇ ਪਛਾਨੋ ਭਗਤਹੀਨ ਜੋ ਪ੍ਰਾਨੀ ਕਲ ਮੈਂ ਮੁਕਤ ਨਾਮ ਤੇ ਪਾਵਤ ਯੇ ਗੁਰਯੇ ਭੇਦ ਬਤਾਵੇ ਕਉ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਕਲ ਮੈਂ ਮੁਕਤ ਨਾਮ ਤੇ ਪਾਵਤ ਗੁਰਯੇ ਭੇਦ ਬਤਾਵੇ ਕਉ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਪਰਮ ਸਨਮਾਨ ਜੋ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਪਿਆਰ ਵਾਲੇ ਵਡਪਾਗੇ ਹੋ ਗੁਰੂ ਕੀ ਗੋਦ ਚ ਬੈਠ ਕੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨਾਲ ਜੁੜੇ ਹੋ ਸਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਰੋਜ਼ਾਨਾ ਆਪ ਜੀ ਵਿਚਾਰ ਸਰਵਣ ਕਰਦੇ ਹੋ ਮਹਾਰਾਜ ਨੇ ਕਿਰਪਾ ਕੀਤੀ ਹੈ ਪਾਵਨ ਬਾਣੀ ਦੀ ਵਿਚਾਰ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ ਆਓ ਗੁਰਮੁਖੋ ਜਿਸ ਪਾਵਨ ਸ਼ਬਦ ਦਾ ਪਾਠ ਆਪ ਨੇ ਸਰਵਣ ਕੀਤਾ ਹੈ ਪਾਵਨ ਸ਼ਬਦ ਬਿਲਾਵਲ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 831 ਉੱਪਰ ਸੁਭਾਏਮਾਨ ਹੈ। ਔਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਸ ਵਾਹਿਗੁਰੂ ਆਕਾਲ ਪੁਰਖ ਦੀ ਇਬਾਦਤ ਦੀ ਵਡਿਆਈ ਧਰਮ ਦੇ ਨਾਂ ਤੇ ਕੀਤੇ ਨੇਫਲ ਕਰਮ ਅਤੇ ਮਨੁਮ ਪਰਮਾਤਮਾ ਦੀ ਭਗਤੀ ਤੋਂ ਖੁੰਝਿਆ ਹੋਇਆ ਜੀਵਨ ਕਿਵੇਂ ਦਾ ਹੈ? ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਨਾਲ ਸਾਂਝ ਪਾਈਏ ਦੇਹੋ ਅਸੀਸ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਨੇ ਮਨੁੱਖਾ ਜਨਮ ਦੇ ਕੇ ਸੰਸਾਰ ਤੇ ਹਰ ਇੱਕ ਮਨੁੱਖ ਨੂੰ ਇੱਕ ਫਰਜ਼ ਨਿਭਾਉਣ ਵਾਸਤੇ ਭੇਜਿਆ ਜਿਨਨੇ ਤੇ ਆਪਣੇ ਫਰਜ਼ ਦੀ ਮੂਲ ਦੀ ਪਹਿਚਾਨ ਕੀਤੀ ਉਹਨੇ ਤਾਂ ਵਹਿਗੁਰੂ ਪਰਮਾਤਮਾ ਦੇ ਨਾਲ ਕਿਸੇ ਬਹਾਨੇ ਨਾਲ ਕਿਸੇ ਤਰੀਕੇ ਨਾਲ ਸੇਵਾ ਕਰਨ ਲਈ ਰੱਬ ਨਾਲ ਜੁੜ ਗਿਆ ਹੈ। ਜਿਹੜੇ ਦੁਨੀਆਦਾਰੀ ਅੰਦਰ ਮਨੁੱਖ ਐਸੇ ਹਨ ਜਿਹੜੇ ਇਸ ਗੱਲ ਤੋਂ ਕੰਨੀ ਘਤਰਾਉਂਦੇ ਨੇ ਜਿਨ੍ਹਾਂ ਦੇ ਸੁਭਾਅ ਵਿੱਚ ਕਦੇ ਇਹੋ ਜਿਹਾ ਪ੍ਰੇਮ ਪਿਆਰ ਅਜੇ ਨਹੀਂ ਬਣਿਆ। ਕਿ ਉਹ ਕਦੇ ਆਖਣਾ ਵੀ ਸਾਨੂੰ ਵੀ ਕਦੇ ਚਾ ਚੜਿਆ ਵੀ ਅਸੀਂ ਗੁਰੂ ਸਾਹਿਬ ਦੀ ਬਾਣੀ ਪੜਿਆ ਕਰੀਏ ਗੁਰਬਾਣੀ ਵੀ ਬੱਦਾ ਚੱਟੀ ਦੇ ਨਾਲ ਪਿਆਰ ਨਹੀਂ ਪਾਉਂਦੀ ਪਿਆਰ ਨਾਲ ਪੜਿਆ ਹੀ ਪਿਆਰ ਪਾਉਂਦੀ ਹੈ ਦੁਨੀਆਂ 'ਚ ਗੁਰੂ ਸਤਗੁਰੂ ਸਾਹਿਬ ਨੇ ਆਖਿਆ ਬੇਅੰਤ ਲੋਕ ਨੇ ਜਿਹੜੇ ਬੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਰਨ ਜਿਹੜਾ ਬੱਦਾ ਚੁੱਟੀ ਬੱਦਾ ਚੱਟੀ ਕੰਮ ਕਰਨਾ ਨਾ ਉਹਦੇ ਚ ਕੋਈ ਉਪਕਾਰ ਹੋਣਾ ਨਾ ਕੋਈ ਗੁਣ ਹੋਣਾ ਪਰ ਤੂੰ ਕੀ ਕਰਨਾ ਹੈ ਮਾਰੇ ਕਹਿੰਦੇ ਨੇ ਸੇਤੀ ਖੁਸ਼ੀ ਸਵਾਰ ਜਾਂ ਖੁਸ਼ੀ ਦੇ ਨਾਲ ਆਪਣਾ ਕੰਮ ਸਵਾਰ ਜਿਹੜਾ ਵੀ ਕੰਮ ਕਰਨਾ ਹੈ ਖੁਸ਼ੀ ਨਾਲ ਕਰ ਕਹਿੰਦੇ ਨਾਨਕ ਕਾਰਜ ਸਾਰ ਨਾਨਕ ਜੀ ਕਹਿੰਦਾ ਤੇਰਾ ਕਾਰਜ ਸਵਾਰਿਆ ਜਾਊਗਾ ਜ਼ਿੰਦਗੀ ਦਾ ਕਾਰਜ ਰਾਸ ਆ ਜਾਏਗਾ ਤੇ ਜੀਵਨ ਦਾ ਮਨੋਰਥ ਹੀ ਇਹ ਹੈ ਵੀ ਜ਼ਿੰਦਗੀ ਦੇ ਕਾਰਜ ਨੂੰ ਸਫਲੀਆਂ ਕਰਨਾ ਹੈ ਭਾਈ ਜਿਸ ਯੋਧੇ ਜਰਨੈਲ ਮਹਾਨ ਸ਼ਹੀਦ ਉਸ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅੱਜ ਆਪਾਂ 350 ਸਾਲਾ ਜਨਮ ਦਿਹਾੜਾ ਮਨਾ ਰਹੇ ਹਾਂ ਕਦੇ ਉਹਦਾ ਜੀਵਨ ਤੇ ਝਾਤ ਮਾਰ ਕੇ ਵਿਖੋ ਉਹਦਾ ਸਬੰਧ ਸਾਡੀ ਕੌਮ ਦੇ ਨਾਲ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਉਦੋਂ ਬਣਦਾ ਹੈ ਜਦੋਂ ਉਹ 1708 ਵਿੱਚ ਗੁਰੂ ਗੋਬਿੰਦ ਸਿੰਘ ਨੂੰ ਮਿਲਿਆ ਸੀ ਉਸ ਤੋਂ ਪਹਿਲਾਂ ਇੱਕ ਆਮ ਇਨਸਾਨਾਂ ਵਾਂਗ ਆਮ ਦੁਨੀਆਦਾਰੀ ਲੋਕਾਂ ਵਾਂਗ ਹੀ ਜੀ ਰਿਹਾ ਸੀ ਕੋਈ ਨਹੀਂ ਸੀ ਜਾਣਦਾ ਉਹਨੂੰ ਪਰ ਜੇ ਕੋਈ ਉਹਨੂੰ ਹੁਣ ਜਾਣਦਾ ਹੈ ਤੇ ਗੁਰੂ ਗੋਬਿੰਦ ਸਿੰਘ ਕਰਕੇ ਜਾਣਦਾ ਹੈ ਕਿਉਂਕਿ ਉਹਦਾ ਮੇਲ ਗੁਰੂ ਗੋਬਿੰਦ ਸਿੰਘ ਨਾਲ ਹੋਇਆ ਤੇ ਗੁਰੂ ਗੋਬਿੰਦ ਸਿੰਘ ਨੇ ਅਗਲਾ ਫਿਰ ਮੇਲ ਸਿੱਖ ਕੌਮਣਾ ਕਰਾਇਆ ਉਰਜੌਰੀ ਵਿੱਚ ਕਿ ਸ਼ਮੀਰ ਪੁਣਸ਼ ਦੇ ਇਲਾਕੇ ਵਿੱਚ ਜਨਮਿਆ ਹੈ ਉਹ ਮਹਾਨ ਬਚਪਨ ਵਿੱਚ ਵੀ ਕਿਉਂਕਿ ਉਸ ਸਮੇਂ ਕਿਸੇ ਨੂੰ ਅਧਿਕਾਰ ਨਹੀਂ ਸੀ ਕਿ ਕੋਈ ਵਿਦਿਆ ਪੜ ਲੇ ਰਾਜਪੂਤ ਘਰਾਣੇ ਵਿੱਚੋਂ ਸੀ ਤੇ ਉਦੋਂ ਬ੍ਰਾਹਮਣਾਂ ਦੀ ਇੱਕ ਨੀਤੀ ਹੁੰਦੀ ਸੀ ਕਿ ਮਤਲਬ ਸ਼ੂਦਰ ਜਾਤ ਵਾਲਾ ਬੰਦਾ ਕੋਈ ਵਿਦਿਆ ਨਹੀਂ ਪੜ ਸਕਦਾ ਵਾਹੀ ਖੇਤੀ ਦਾ ਕੰਮ ਤੇ ਕੀਤਾ ਆ ਪਰ ਇਸ ਤੋਂ ਇਲਾਵਾ ਹੋਰ ਕਾਰਜ ਵੀ ਬੜੇ ਕੀਤੇ ਨੇ ਘੋੜਸਵਾਰੀ ਸ਼ਸਤਰ ਵਿਦਿਆ ਸ਼ਿਕਾਰ ਕਰਨੇ ਇਹ ਬਚਪਨ ਦਾ ਹੀ ਸ਼ੌਂਕ ਪੈਦਾ ਹੋ ਗਿਆ ਸੀ ਤੇ ਦਾ ਲక్ష్మణ ਦੇਵ ਨੇ ਇਸ ਗੱਲ ਵਿੱਚ ਸਗੋਂ ਸਾਹ ਦਿੱਤਾ ਉਹਦਾ ਪਰ ਬੰਦਾ ਕਿੰਨਾ ਵੀ ਆਪਣੇ ਆਪ ਨੂੰ ਦਲੇਰ ਬਹਾਦਰ ਸਮਝਣ ਲੱਗ ਪਵੇ ਇੱਕ ਦਿਨ ਮਨ ਵਿੱਚ ਕੋਈ ਨਾ ਕੋਈ ਐਸਾ ਜਿਹੜਾ ਦਰਦ ਉੱਠਦਾ ਹੈ ਕਿ ਬੰਦੇ ਦੇ ਜੀਵਨ ਦੀ ਕਾਇਆ ਪਲਟ ਕੇ ਰੱਖ ਦਿੰਦਾ ਹੈ ਇੱਕ ਗਰਭਵਤੀ ਹਿਰਨੀ ਮਰੀ ਤੀਰ ਦੇ ਨਾਲ ਉਸ ਹੋਈ ਘਟਨਾ ਨੇ ਜੀਵਨ ਪਲਟਾ ਕੇ ਰੱਖ ਦਿੱਤਾ ਮਾਂ ਨੂੰ ਉਦਾਸ ਕਰ ਦਿੱਤਾ ਤਾਂ ਉਹ ਮਨ ਹੋਇਆ ਉਦਾਸ ਪਹਿਲਾਂ ਜਨਕੀ ਪ੍ਰਸ਼ਾਦ ਨੂੰ ਗੁਰੂ ਧਾਰਨ ਕਰਦਾ ਹੈ ਫਿਰ RAMDAS ਬਿਰਾਗੀ RAM THAMMAN ਦੇ ਲਾਕੇ ਚ ਜਾ ਕੇ ਕਸੂਰ ਵਿੱਚ ਜਾ ਕੇ ਪਹਿਲਾ ਪੁਨਸ਼ ਵਿੱਚ ਹੀ ਉਥੇ RAM ਜਿਹੜਾ ਜਾਨਕੀ ਪ੍ਰਸਾਦੋ ਗੁਰੂ ਬਣਾਇਆ ਦੂਜਾ ਉਹਦੇ ਨਾਲ ਫਿਰ ਚਲਾ ਗਿਆ ਤੇ ਫਿਰ ਪੁਨਸ਼ ਕਸੂਰ ਦੇ ਲਾਕੇ ਚ RAM THAMMAN ਜਿਹੜਾ ਸੀ ਨਾ ਗੁਰੂ ਨਾਨਕ ਸਾਹਿਬ ਦੀ ਮਾਸੀ ਦਾ ਪੁੱਤ ਸੀਗਾ ਇਸ RAM THAMMAN ਦੇ ਡੇਰੇ ਵਿੱਚ ਹੀ ਗਾਂ ਜਿਹੜੇ ਉਹਦੇ ਅਗਲੇ ਪੈਰੋਕਾਰ ਸੀਗੇ ਨਾ ਕਸੂਰ ਦੇ ਵਿੱਚ ਉਹਨਾਂ ਚੋਂ RAMDAS ਬੈਰਾਗੀ ਮੁਖੀ ਸੀਗਾ ਤੇ RAMDAS ਬੈਰਾਗੀ ਨੂੰ ਇਹਨੇ ਗੁਰੂ ਧਾਰਨ ਕੀਤਾ ਤੇ ਇਹਦਾ ਨਾਮ ਮਾਧੋਦਾਸ ਬੈਰਾਗੀ ਉਹਨੇ ਰੱਖਿਆ ਸੀ ਪਹਿਲਾ ਨਾਮ ਲక్ష్మణ ਦੇ ਵੀ ਚੱਲਦਾ ਆ ਰਿਹਾ ਸੀ ਇੱਕ ਦਿਨ ਫਿਰ ਉਹਦੇ ਨਾਲ ਯਾਤਰਾ ਤੇ ਗਿਆ ਬੜੀ ਦੂਰ ਤੱਕ ਤੇ ਪੰਜਬੱਡੀ ਬੜੀ ਦੂਰ ਪਹੁੰਚ ਜਾਂਦਾ ਜਿੱਥੇ ਰਾਮ ਸੀਤਾ ਜੀ ਦੀ ਬਾਤ ਹੈ ਕਹਾਣੀ ਹੈ ਜੀਵਨ ਗਾਥਾ ਜੁੜੀ ਹੋਈ ਹੈ ਉਹ ਪੰਚਵਤੀ ਦੇ ਸਥਾਨ ਤੇ ਜਾਂਦਾ ਹੈ ਉਥੇ ਫਿਰ ਉਹਦਾ ਮੇਲ ਔਗੜਨਾਥ ਨਾਲ ਹੁੰਦਾ ਤੇ ਔਗੜਨਾਥ ਰਿੱਧੀਆਂ ਸਿੱਧੀਆਂ ਦਾ ਬੜਾ ਮਾਹਰ ਸੀ ਉਹਦੀਆਂ ਕਰਾਮਾਤਾ ਰਿੱਧੀਆਂ ਸਿੱਧੀਆਂ ਤੋਂ ਬੜਾ ਪ੍ਰਭਾਵਿਤ ਹੋ ਕੇ RAM DAS ਬਿਰਾਗੀ ਨੂੰ ਛੱਡ ਕੇ ਤੇ ਔਗੜਨਾਥ ਨੂੰ ਗੁਰੂ ਧਾਰਨ ਕਰ ਲਿਆ ਫਿਰ ਉਹਦੇ ਨਾਲ ਇਹ 16 ਸਾਲ ਰਿਹਾ ਬੜਾ ਲੰਮਾ ਸਮਾਂ ਉਹਦੇ ਨਾਲ ਗੁਜ਼ਾਰਿਆ ਜਦੋਂ ਉਹ ਔਰ ਔਗੜਨਾਥ ਚੜ੍ਹਾਈ ਕਰਨ ਲੱਗਾ ਉਹਨੇ ਵੇਖਿਆ ਵੀ ਮੇਰਾ ਪੁਰਾਣਾ ਚੇਲਾ ਤੇ ਇਹੀ ਹੈ ਤੇ ਮੇਰੀ ਆਖਾ ਕਹਿਣਾ ਮੰਨਣ ਤੇ ਤੇ ਮੇਰੇ ਸੇਵਾ ਸੇਵਾ ਵਿੱਚ ਜੁੜਿਆ ਹੋਇਆ ਮੇਰਾ ਪਿਆਰਾ ਚੇਲਾ ਇਹੀ ਹੈ ਉਹਨੇ ਆਪਣੇ ਕਰਮਾਤਾਵਾਂ ਵਾਲੇ ਸਾਰੇ ਗ੍ਰੰਥਿਆਂ ਨੂੰ ਦੇ ਦਿੱਤੇ ਉਹ ਚੜ੍ਹਾਈ ਕਰ ਗਿਆ ਉਸ ਤੋਂ ਬਾਅਦ ਔਗੜਨਾਸ ਦੀ ਗੱਡੀ ਤੇ ਆ ਬੈਠਾ ਹੈ। ਉਹਦੇ ਵਾਂਗ ਕਰਾ ਮਾਤਾ ਰਿੱਧੀਆਂ ਸਿੱਧੀਆਂ ਇਹਦੇ ਕੋਲੋਂ ਵੀ ਬੜੀਆਂ ਸੀ। ਪਰ ਇੱਕ ਗੱਲ ਯਾਦ ਰੱਖਣਾ ਉਹਨਾਂ ਰਿੱਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਜਰੂਰ ਡਰਾਉਂਦਾ ਸੀ। ਧਮਕਾਉਂਦਾ ਵੀ ਸੀ ਲੋਕ ਡਰਦੇ ਵੀ ਸੀ ਖੌਫ ਖਾਂਦੇ ਸੀ ਉਹਦਾ ਪਰ ਮਨ ਨੂੰ ਸਕੂਨ ਨਹੀਂ ਸੀ ਹੈਗਾ। ਮਨ ਤਾਂ ਫਿਰ ਵੀ ਉਚਾਟ ਸੀਗਾ। ਪਰ ਜਿੱਦਣ 1708 ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹਦਾ ਮੇਲਨ ਦੇੜ ਵਿੱਚ ਹੁੰਦਾ ਹੈ ਨਾ ਉਸ ਦਿਨ ਜਿਹੜਾ ਮਨ ਨੂੰ ਚੈਨ ਮਿਲਿਆ ਜੋ ਮਨ ਨੂੰ ਸਕੂਨ ਮਿਲਿਆ ਉਹ ਉਨੀ ਦੇਰ ਤੱਕ ਉਹ ਉਦੋਂ ਮਿਲਿਆ ਹੈ ਉਸ ਤੋਂ ਪਹਿਲਾਂ ਕਦੇ ਵੀ ਨਹੀਂ ਮਿਲਿਆ ਜਿੰਨੇ ਮਰਜੀ ਗੁਰੂ ਧਾਰਨ ਕਰਦਾ ਰਿਹਾ ਤੇ ਜਿਹੜੀ ਗੱਲ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਉਹ ਇਹੀ ਤੇ ਕੀਤੀ ਹੈ ਨਾ ਜਿੱਦਨ ਬੰਦਾ ਬਹਾਦਰ ਯੋਧੇ ਨੇ ਗੁਰੂ ਗੋਬਿੰਦ ਸਿੰਘ ਕੋਲੋਂ ਨਾਮ ਦੀ ਦਾਤ ਅੰਮ੍ਰਿਤ ਦੀ ਦਾਤ ਲੈ ਲਈ ਹੈ ਉਸ ਤੋਂ ਬਾਅਦ ਉਹਦੀ ਜ਼ਿੰਦਗੀ ਅੰਦਰ ਵਾਹਿਗੁਰੂ ਦਾ ਗੁਰੂ ਪਰਮੇਸ਼ਰ ਦਾ ਚੰਗੀ ਤਰ੍ਹਾਂ ਆ ਕੇ ਵਾਸਾ ਹੋਇਆ ਤੇ ਇਸ ਗੱਲ ਨੂੰ ਕਬੂਲ ਕਰਦਾ ਵੀ ਹੁਣ ਤੱਕ ਤੇ ਬੰਦਾ ਤੇਰਾ ਭੁੱਲਿਆ ਹੀ ਰਿਹਾ ਸੀ ਹੋਂ ਤੱਕ ਤਾਂ ਤੈਨੂੰ ਸਤਗੁਰੂ ਪਾਤਸ਼ਾਹ ਤੈਨੂੰ ਜਾਣਿਆ ਨਹੀਂ ਪਛਾਣਿਆ ਨਹੀਂ ਸਮਝ ਨਹੀਂ ਆ ਸਕੀ ਤੇ ਮਹਾਰਾਜ ਜਿੱਦਨ ਆਈ ਹੈ ਤੇ ਹੁਣ ਅਸਲੀਅਤ ਪਤਾ ਲੱਗੀ ਹੈ ਵੀ ਮੇਰਾ ਫਰਜ਼ ਕਿਸ ਦੁਨੀਆ ਤੇ ਆਉਣ ਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛੋ ਕਹਿੰਦੇ ਜਾ ਮੈਂ ਭਜਨ ਰਾਮ ਕੋ ਨਹੀਂ ਜਿਸ ਦੀ ਜ਼ਿੰਦਗੀ ਅੰਦਰ ਰੱਬ ਦੇ ਨਾਮ ਦੀ ਵਾਹਿਗੁਰੂ ਦੇ ਪਰਮੇਸ਼ਰ ਦੇ ਭਜਨ ਦੀ ਥਾਂ ਨਹੀਂ ਹੈ ਹਰ ਬੰਦੇ ਨੇ ਆਪਣੇ ਜ਼ਿੰਦਗੀ ਅੰਦਰ ਕਿਸੇ ਨਾ ਕਿਸੇ ਬੰਦੇ ਨੂੰ ਅਪੌਇੰਟਸ ਦਿੱਤੀ ਹੋਈ ਥਾਂ ਦਿੱਤਾ ਹੋਇਆ ਹੈ ਪਰ ਸੱਚ ਕਰਕੇ ਇਹਨਾਂ ਥਾਂ ਕਦੇ ਸਿੱਖ ਕਦੇ ਸੱਚ ਕਰਕੇ ਬਾਣੀ ਨਾ ਦਵੇ ਨਾ ਬਾਣੀ ਨੂੰ ਘਰਾਂ ਵਿੱਚ ਸਾਡੇ ਘਰਾਂ ਦੇ ਵਾਰੇ ਨਿਆਰੇ ਹੋ ਜਾਣ ਅਸੀਂ ਬੰਦਿਆਂ ਨੂੰ ਤਰਜੀਹ ਦੇਣ ਲੱਗ ਪਏ ਆ ਸਤਿਗੁਰੂ ਨੂੰ ਨਹੀਂ ਤੁਸੀਂ ਕਦੇ ਵੀ ਵੇਖੋ ਮੈਂ ਇਸਲਾਮ ਦੇ ਮਦਰਸੇ ਵਿੱਚ ਵੀ ਪੜਿਆ ਆਂ ਮੈਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਿਆ ਵੀ ਆ ਕਿ اسلام ਦੇ ਨਿੱਕੇ-ਨਿੱਕੇ ਬੱਚਿਆਂ ਨੂੰ ਹਦਾਇਤ ਆ ਵੀ ਉਹਨਾਂ ਨੇ ਇਸਲਾਮ ਦੀ ਕੁਰਾਨ ਜ਼ਰੂਰ ਪੜ੍ਹਨੀ ਆ। ਔਰ ਮੈਂ ਨਿੱਕੇ-ਨਿੱਕੇ ਬੱਚੇ ਹਾਫਿਜ਼ਾਂ ਤੇ ਰਹਿ ਕੇ ਪੜ੍ਹਿਆ ਵੀ ਨਿੱਕੇ-ਨਿੱਕੇ ਬੱਚੇ ਪੜ੍ਹਦਾ ਰਿਹਾ ਸੀ ਮੈਂ। ਮਦਰੱਸੇ 'ਚ ਬੈਠਿਆ ਹੋਇਆ ਹੈਰਾਨ ਹੁੰਦਾ ਸੀ ਕਿ 10-10 12-12 ਸਾਲ ਦੇ ਬੱਚਿਆਂ ਨੂੰ ਕੁਰਾਨ ਜ਼ੁਬਾਨੀ ਯਾਦ ਹੋ ਗਈ ਹੈ। ਪਰ ਕਿਉਂ? ਕਿਉਂਕਿ ਉਹਨਾਂ ਨੇ ਇੱਕ ਫਰਜ਼ ਸਮਝਿਆ ਆਪਣਾ ਵੀ ਅਸੀਂ ਆਪਣੇ ਬੱਚੇ ਨੂੰ ਬਾਕੀ ਤਾਲੀਮ ਭਾਵੇਂ ਘੱਟ ਦੇ ਦੀਏ ਪਰ ਪਾ ਕੇ ਕੁਰਾਨ ਦੀ ਤਾਲੀਮ ਜ਼ਰੂਰ ਦੇਣੀ ਹੈ ਜੋ ਮੁਹੰਮਦ ਸਾਹਿਬ ਨੇ ਸੁਨੇਹਾ ਦਿੱਤਾ ਹੈ ਉਹ ਜ਼ਰੂਰ ਦੱਸਣਾ ਹੈ ਔਰ ਜਿਹੜੇ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਨਾ ਉਹ ਲੋਕ ਮੁਹੱਬਤ ਬੋਧ ਕਰਦੇ ਸਭ ਦੁਨੀਆ ਨੂੰ ਵੀ ਕਰਦੇ ਸਭ ਦਾ ਪਿਆਰ ਵੀ ਕਰਦੇ ਜਿਵੇਂ ਮੰਨ ਲਓ ਅਸੀਂ ਸਤਿਗੁਰੂ ਦੀ ਬਾਣੀ ਪੜ ਲਏ ਨੇ ਸਾਨੂੰ ਸਮਝ ਆ ਗਈ ਵੀ ਦੁਨੀਆ ਵਿੱਚ ਸਭ ਤੋਂ ਉੱਤਮ ਜੀਵ ਮਨੁੱਖ ਮਨੁੱਖਾ ਜਨਮ ਹੈ ਤੇ ਜਿਨ੍ਹਾਂ ਨੇ ਪਾ ਕੇ ਕੁਰਾਨ ਨੂੰ ਪੜਿਆ ਸਹੀ ਅਰਥਾਂ ਵਿੱਚ ਜਾਣਿਆ ਨਾ ਉਹਨਾਂ ਦੀ ਖੁਦਾ ਨਾਲ ਬੜੀ ਗੁੜੀ ਸਾਂਝ ਬਣੀ ਜਾਵੇ ਮਾ ਸਾਈ ਮੀਆਂ ਮੀਰ ਹੋ ਗਏ ਪੀਰ ਬੁੱਧੂ ਸਾਹਿਬ ਜੀ ਹੋ ਗਏ ਪੀਰ ਭੀਖਣ ਸਾਹਿਬ ਜੀ ਹੋ ਗਏ ਅਨੇਕਾਂ ਉਹ ਗੁਰਸਿੱਖ ਪਿਆਰੇ ਉਹ ਪੀਰ ਜਿਨ੍ਹਾਂ ਨੇ ਵਾਕੇ ਪਾ ਕੇ ਕੁਰਾਨ ਨੂੰ ਜਦੋਂ ਪੜ੍ਹ ਲਿਆ ਉਸ ਦਿਨ ਪਤਾ ਲੱਗਾ ਹੈ ਵੀ ਰੱਬ ਨੂੰ ਕਿਵੇਂ ਪਾਈਦਾ ਹੈ ਕਿਵੇਂ ਸਮਝੀਦਾ ਏਹੀ ਤਾਂ ਸਾਨੂੰ ਗੁਰਮਤ ਦੱਸਦੀ ਵੀ ਗੁਰਸਿੱਖਾ ਬਾਕੀ ਧਰਮਾਂ ਦੇ ਲੋਕ ਬਾਕੀਆਂ ਦੇ ਵਲਵੇਖ ਤੂੰ ਆਪਣੇ ਬੱਚਿਆ ਨੂੰ ਕਿੰਨੀ ਕੁ ਜਪਜੀਤ ਸਾਹਿਬ ਸਿਖਾ ਦਿੰਦਾ ਹੈ ਨਹੀਂ ਅਸੀਂ ਸਮਾ ਦੇ ਪਾਰੇ ਪਰ ਜਦੋਂ ਅਸੀਂ ਸੋਚਦੇ ਹਾਂ ਵੱਡਾ ਹੋਏਗਾ ਬਸ ਇਹ ਆਪਾਂ ਇਸ ਗੱਲ ਦੀ ਕਦੇ ਵੀ ਜਿਹੜੀ ਹੈ ਉਹ ਹਮੇਸ਼ਾ ਅਣਗੈਲੀ ਹੀ ਵਰਤੀ ਆ ਕਦੇ ਧਿਆਨ ਨਹੀਂ ਦਿੱਤਾ ਆਪਾਂ ਵੇਖਦੇ ਹਾਂ ਕਿ ਚਲੋ ਸਾਡੇ ਬੱਚਿਆਂ ਨੂੰ ਗਾਣੇ ਤਾਂ ਬਥੇਰੇ ਯਾਦ ਹੋ ਹੀ ਗਏ ਨੇ ਅੱਜ ਕੱਲ ਦੇ ਦੌਰ ਵਿੱਚ ਤਾਂ ਪਰ ਸੱਚ ਕਰਕੇ ਵੇਖੋ ਛੇ ਪੌੜੀਆਂ ਜਪਜੀ ਸਾਹਿਬ ਪੜਨੀਆਂ ਔਖੀਆਂ ਨੇ 10 ਗੁਰੂਆਂ ਦੇ ਸਹਿਬਜ਼ਬੰਦ ਨਾਮ ਸਿੱਧੇ ਕੰਟੀਨਿਊ ਕਰਾਉਣ ਵਾਸਤੇ ਵੀ 10-10 ਸਾਲਾਂ ਦੇ ਬੱਚਿਆਂ ਨੂੰ ਵੀ ਚੰਗੀ ਤਰ੍ਹਾਂ ਕੋਟਾ ਲਵਾਉਣਾ ਪੈਂਦਾ ਹੈ ਉਕੀ ਆਪਾਂ ਕਦੇ ਧਿਆਨ ਹੀ ਨਹੀਂ ਦਿੱਤਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਗੁਰਸਿੱਖਾ ਤੂੰ ਆਪਣੇ ਜੀਵਨ ਚ ਜਿਹੜਾ ਗੁਰੂ ਨੇ ਫਰਜ਼ ਦਿੱਤਾ ਹੀ ਨਾ ਉਹ ਭੁੱਲਦਾ ਜਾ ਰਿਹਾ ਜਾਂ ਮੈਂ ਭਜਨ ਰਾਮ ਕੋ ਨਹੀਂ ਤੇ ਨਰ ਜਨਮ ਅਕਾਰਥ ਖੋਇਆ ਯਹ ਰਾਖੋ ਮਨ ਮਾਹੀ ਸਮਝ ਲਓ ਉਸ ਬੰਦੇ ਦਾ ਜਨਮ ਆਇਆ ਤੇ ਹੈ ਪਰ ਵਿਅਰਥ ਚਲਾ ਗਿਆ ਕਿਸੇ ਕੰਮ ਨਹੀਂ ਉਹਨੇ ਕੀਤਾ ਕੋਈ ਵੀ ਜਿੰਦਗੀ ਦਾ ਸਫਲ ਸਹੀਕਾਰ ਸਫਲਿਆ ਉਸਨੇ ਨਹੀਂ ਕੀਤਾ ਜੇ ਜ਼ਿੰਦਗੀ ਅੰਦਰ ਵਾਹਿਗੁਰੂ ਦੇ ਨਾਮ ਦਾ ਭਜਨ ਪਰਮੇਸ਼ਰ ਦੇ ਨਾਮ ਦੀ ਇਬਾਦਤ ਉਸ ਨੇ ਨਹੀਂ ਕੀਤੀ ਤਾਂ ਕਿਉਂਕਿ ਮਰਾ ਗੁਰੂ ਕਹਿੰਦਾ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਾਮ ਤੇ ਇਸ ਕਰਕੇ ਜੀਵਨ ਅੰਦਰ ਵਾਹਿਗੁਰੂ ਦੀ ਇਬਾਦਤ ਦਾ ਬੜੇ ਤਰੀਕੇ ਨਾਲ ਹੋ ਸਕਦੀ ਹੈ ਬੜੇ ਬੜੇ ਰਾਹ ਨੇ ਰੱਬ ਦੀ ਇਬਾਦਤ ਕਰਨ ਦੇ ਪਰ ਸੱਚ ਕਰਕੇ ਵੇਖੋ ਇੱਕ ਡਾਕਟਰ ਹੈ ਨਹੀਂ ਉਹ ਉਬਾਦਤ ਕਿਵੇਂ ਕਰ ਉਹ ਆਖੇ ਵੀ ਮੈਂ ਤਭਈ ਆਪਣੀ ਡਿਊਟੀ ਕਰਨਾ ਹੈ ਵਰਕ ਕਰਨਾ ਹੈ ਮੈਂ ਮੇਰੇ ਕੋ ਸਮਾਂ ਨਹੀਂ ਹੈ ਮੈਂ ਕੋ ਉਦਾਹਰਣ ਦਿਆਂਗਾ ਬੜੀ ਪਿਆਰੀ ਕਿਵੇਂ ਉਹ ਰੱਬ ਦੀ ਉਬਾਦਤ ਕਰ ਸਕਦਾ ਹੈ ਕਿਦਾਂ ਰੱਬ ਦੀ ਜ਼ਿੰਦਗੀ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਢਾਲ ਸਕਦਾ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੜਾ ਪਿਆਰਾ ਸਿੱਖ ਹੋਇਆ ਭਾਈ ਸੁਜਾਨ ਸਿੰਘ ਵੈਦ ਸੀਗਾ ਇਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖਿਆ ਮਹਾਰਾਜ ਕੁਝ ਜੀਵਨ ਦਾ ਐਸਾ ਕਾਰਜ ਸੋ ਮੈਂ ਜਿਹਨੂੰ ਕਰਕੇ ਬੜਾ ਖੁਸ਼ ਹੋਵਾਂ ਤੇ ਮੈਂ ਕਰਦਾ ਰਵਾਂ ਵੈਦ ਸੀ ਮਰਨ ਕਹਿ ਤੂੰ ਦੌੜਾ ਜਾਈਂ ਭੱਜ ਕੇ ਜਾਈਂ ਤੇ ਜਿੱਥੇ ਤੈਨੂੰ ਸਾਹ ਚੜਜੇਗਾ ਜਿੱਥੇ ਤੂੰ ਰੁਕ ਜਾਏਂਗਾ ਉਸੇ ਨਗਰ ਵਿੱਚ ਰੁਕ ਜਾਈਂ ਤੇ ਉੱਥੇ ਆਪਣੀ ਵੈਦਗੀ ਦਾ ਕਾਰਜ ਆਪਣੀ ਇਮਾਨਦਾਰੀ ਨਾਲ ਕਰਨਾ ਉਹ ਕਰਦਾ ਰਿਹਾ ਬੜੇ ਲੋਕਾਂ ਦਾ ਬੜੇ ਤਰੀਕੇ ਨਾਲ ਇਲਾਜ ਕਰਦਾ ਸੀ ਮਨ ਚ ਇੱਕ ਦਿਨ ਖਿਆਲ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਕਰਨੇ ਨੇ ਤੁਹਾਡੇ ਦਿਲ ਕਰ ਦਰਸ਼ਨ ਕਰਨ ਨੂੰ ਉਸ ਦਿਨ ਸੁਨੇਹਾ ਪਹੁੰਚਾ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਇੱਧਰ ਆ ਕੇ ਨਗਰ ਵਿੱਚ ਦਰਸ਼ਨ ਦਿਓ ਤੇ ਮਹਾਰਾਜ ਨੇ ਅੱਗੋਂ ਉਸ ਸਿੱਖ ਨੂੰ ਗਿਆ ਪੀ ਜਾ ਕੇ ਸੁਜਾਨ ਸਿੰਘ ਨੂੰ ਕਹਿ ਦੇਣਾ ਵੀ ਕੱਲ ਤੇਰੇ ਕੋਲ 8:00 ਵਜੇ ਸੀ ਆ ਜਾਾਂਗੇ ਸੁਣਿਓ ਬੜੀ ਪਿਆਰੀ ਹੁਣ ਇੱਥੇ ਅੱਗੇ ਘਟਨਾ ਵਾਪਰਦੀ ਐ 8:00 ਵਜੇ ਕੱਲ ਤੇਰੇ ਕੋਲ ਉਥੇ ਪਹੁੰਚ ਜਾਾਂਗੇ ਤੇ ਜਦੋਂ ਸਤਗੁਰੂ ਪਾਤਸ਼ਾਹ ਜੀ ਉਧਰ ਜਾਂਦੇ ਜਾ ਰਹੇ ਸੀ ਨਾ ਸੁਜਾਨ ਸੁਜਾਨ ਸਿੰਘ ਦੇ ਵੱਲ ਨੂੰ ਤਾਂ ਉਨੀ ਦੇਰ ਨੂੰ ਸੁਜਾਨ ਸਿੰਘ ਨੂੰ ਇੱਕ ਸੁਨੇਹਾ ਆਉਂਦਾ ਹੈ ਕਿ ਪਿੰਡ ਵਿੱਚ ਇੱਕ ਬੱਚੀ ਬਹੁਤ ਜ਼ਿਆਦਾ ਬਿਮਾਰ ਹੈ ਤੇ ਉਸ ਦੇ ਘਰ ਬੱਚਾ ਹੋਣ ਵਾਲਾ ਤੇ ਤੇਨੂੰ ਦਵਾਦਾਰੂ ਜੇਣ ਜ਼ਰੂਰੂ ਜਾਣਾ ਪਵੇਗਾ ਉਹਨੇ ਹੁਣ ਇੱਕ ਇੱਕ ਤੇ ਇਹ ਸੋਚਿਆ ਵੀ ਉਧਰੋਂ ਗੁਰੂ ਦਸਮ ਪਾਤਸ਼ਾਹ ਪਹੁੰਚਣੇ ਵਾਲੇ ਨੇ ਇਧਰ ਹੁਣ ਸੁਣਿਆ ਆ ਗਿਆ ਉਸੇ ਵੇਲੇ ਇਹਨੇ ਆਪਣਾ ਥੈਲਾ ਚੱਕਿਆ ਵੈਦਗੀ ਵਾਲਾ ਤੇ ਜਿਹੜੀ ਬੱਚੀ ਬਿਮਾਰ ਸੀ ਜਿਹੜੀ ਬੀਬੀ ਬਿਮਾਰ ਸੀਗੀ ਉਹਦੇ ਘਰ ਦਵਾਦਾਰੂ ਕਰਨ ਤੋਂ ਬਾਅਦ ਫਿਰ ਵਾਪਸ ਆਇਆ ਤੇ ਮਨ 'ਚ ਖਿਆਲ ਆ ਰਿਹਾ ਸੀ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਤਾਂ ਚਲੇ ਗਏ ਹੋਣਗੇ ਦਰਸ਼ਨ ਨਹੀਂ ਹੋ ਪਾਇਆ ਪਰ ਜਦੋਂ ਉੱਥੇ ਆਇਆ ਤਾਂ ਗੁਰੂ ਸਾਹਿਬ ਜੇ ਘੋੜੇ ਤੋਂ ਹੀ ਨਹੀਂ ਸੀ ਉਤਰੇ ਦਸੂਨ ਪਾਤਸ਼ਾਹ ਉਤਰ ਕੇ ਘੋੜੇ ਤੋਂ ਸੁਜਾਨ ਸਿੰਘ ਨੂੰ ਗੱਲ ਨਾ ਲਾਇਆ ਤੇ ਮਹਾਰਾਜ ਬੜੇ ਖੁਸ਼ ਹੋਏ ਕਹਿ ਲੱਗੇ ਮੈਂ ਐਸਾ ਹੀ ਗੁਰਸਿੱਖ ਬਣਾਇਆ ਹੈ ਜਿਨੇ ਆਪਣੇ ਪਹਿਲਾ ਫਰਜ਼ ਨੂੰ ਸਮਝਿਆ ਹੈ ਉਹਦੇ ਫਰਜ਼ ਵਿੱਚ ਹੀ ਉਹਦੀ ਰੱਬ ਦੀ ਇਬਾਦਤ ਹੈ ਜੇ ਤੂੰ ਆਖਦਾ ਮੈਂ ਪਹਿਲਾ ਦਰਸ਼ਨ ਕਰਨੇ ਨੇ ਤੇ ਫਿਰ ਮੈਂ ਦਵਾਦਾਰੂ ਕਰਨਾ ਉਥੇ ਕੀ ਜੇ ਜੇ ਘਟਨਾ ਕਰਮ ਵਾਪਰ ਜਾਏ ਨੁਕਸਾਨ ਹੋ ਜਾਂਦਾ ਤਾਂ ਜ਼ਿੰਮੇਵਾਰ ਤੂੰ ਠਹਿਰਾਇਆ ਜਾਣਾ ਸੀਗਾ ਕਿਉਂਕਿ ਤੂੰ ਵਹਿਦਾ ਤੂੰ ਆਪਣੇ ਫਰਜ਼ ਤੋਂ ਭੱਜਿਆ ਸੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਇਸ ਦਾਨ ਸਿੰਘ ਜੀ ਤੂੰ ਵਾਕਿਆ ਸੁਜਾਨ ਹੈ ਤੂੰ ਵਾਕਿਆ ਸਿਆਣਾ ਹੈ ਉਹ ਆਪਣੇ ਫਰਜ਼ ਨੂੰ ਪਛਾਣਿਆ ਹੈ ਹੁਣ ਉਸ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲ ਨਾ ਕਿਉਂ ਲਾਇਆ ਆਪਣੇ ਫਰਜ਼ ਨੂੰ ਪਛਾਣਿਆ ਇਦਾਂ ਇਬادت ਕੀਤੀ ਇਦਾਂ ਗੁਰੂ ਰਜਾਇਆ ਕਿਸੇ ਨਾਲ ਬੇਈਮਾਨੀ ਨਹੀਂ ਕੀਤੀ ਉਹ ਵੀ ਤਾਂ ਲੋਕ ਹੁੰਦੇ ਨੇ ਨਾ ਬੜੀਆਂ ਬੜੀਆਂ ਮਿਹਨਤਾਂ ਕਰਕੇ ਦਿਨ ਰਾਤ ਇੱਕ ਕਰਕੇ ਤੁਸੀਂ ਦੇਖਿਓ ਹੁੰਦਾ ਇਦਾਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਦਿਨ ਰਾਤ ਪੜ੍ਹਾਈ ਕਰਕੇ ਮੰਨ ਲਓ ਕਿਸੇ ਪੋਸਟ ਉੱਪਰ ਜਾ ਕੇ ਕਾਇਨਾਤ ਹੋ ਗਏ ਪਰ ਜਦੋਂ ਸਮਾਂ ਪਿਆ ਗੁਜ਼ਰਦਾ ਆ ਲੋਕਾਂ ਦੇ ਵਾਂਗ ਵੇ ਲੋਕਾਂ ਵੱਲ ਵੇਖ ਵੇਖ ਜਦੋਂ ਮਨ ਬੇਈਮਾਨ ਹੋ ਗਿਆ ਨਾ ਫਿਰ ਉਹੀ ਲੋਕ ਜਿਨ੍ਹਾਂ ਦੀ ਦਿਨ ਰਾਤ ਮਿਹਨਤ ਪਿਓ ਵੱਲੋਂ ਦਿਨ ਰਾਤ ਮਿਹਨਤ ਕਰਕੇ ਪੁੱਤ ਦਿੱਤੀ ਹੋਈ ਫੀਸ ਸਭ ਭੁੱਲ ਜਾਂਦੀ ਹੈ ਜਦੋਂ ਬੰਦਾ ਕਿਸੇ ਇਨਸਾਨ ਨੂੰ ਮਰੀਜ਼ ਨੂੰ ਦਵਾਈ ਦੇਣ ਦੀ ਬਜਾਏ ਉਸਦੇ ਪਾਟ ਕੱਢਣ ਦੀ ਸੋਚਣ ਲੱਗ ਪੈਂਦਾ ਵੀ ਹੁਣੇ ਸ਼ਿਕਾਰ ਆਇਆ ਤੇ ਜਾਨ ਨਹੀਂ ਦੇਣਾ। ਹਮਝ ਲੈਣਾ ਉਹ ਦਿਨ ਬੰਦਾ ਰੱਬ ਬੰਦਾ ਬੰਦਾ ਨਹੀਂ ਕਸਾਈ ਬਣ ਗਿਆ ਹੈ। ਉਹ ਰੱਬ ਨੂੰ ਭੁੱਲ ਚੁੱਕਾ ਹੈ। ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਬਾਦਤ ਇਹੀ ਹੈ ਰੱਬ ਦੀ ਬੰਦਗੀ ਹੈ ਇਹ ਆਪਣੇ ਕਾਰਜ ਨੂੰ ਨਿਭਾਉਂਦੇ ਆ ਗੁਰੂ ਨੂੰ ਚੇਤੇ ਵਿੱਚ ਰੱਖਣਾ। ਤੇ ਜੇ ਨਹੀਂ ਇਦਾਂ ਕੀਤਾ ਫਿਰ ਤੇ ਨਰ ਜਨਮ ਆਕਾਰਥ ਖੋਇਆ। ਜੈ ਰਾਖੋ ਮਨਮਾਹੀ ਨਿਰਖਰ ਜ਼ਿੰਦਗੀ ਦਾ ਸਮਾਂ ਤੇ ਵਿਅਰਥ ਹੀ ਲੰਘਿਆ ਐਨਾ। ਕਿਸੇ ਸਫਲਤਾ ਵਿੱਚ ਤਾਂ ਨਹੀਂ ਬਣਿਆ ਨਾ ਜਿੱਦਾਂ ਬੰਦਾ ਬਹਾਦਰ ਦਾ ਪਹਿਲਾ ਸਮਾਂ ਜਿਹੜਾ ਗੁਜ਼ਰਿਆ ਉਹ ਵਿਰਥੇ ਗੁਜ਼ਰਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜੁੜਨ ਤੋਂ ਬਾਅਦ ਜਨਮ ਉਹਦਾ ਐਸਾ ਬਣਿਆ ਕਿ ਦੁਨੀਆ ਵਿੱਚ ਇੱਕ ਮਿਸਾਲ ਕਾਇਮ ਕਰ ਗਿਆ ਹੈ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਨੇ ਇੱਕ ਬੜੇ ਪਿਆਰੇ ਬੋਲ ਲਿਖੇ ਕਹਿੰਦਾ ਬੰਦਾ ਬਹਾਦਰ ਇਨਾਂ ਕੋ ਰੰਗ ਚ ਰੰਗਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਦੇ ਪਿਆਰ ਵਿੱਚ ਤੇ ਉਹਨੂੰ ਦਸ਼ਮ ਪਾਸ਼ਾ ਨੇ ਕਿਹਾ ਸੀ ਤੇਰੀ ਰਸਨਾ ਤੇ ਮੈਂ ਵਰਤਾ ਜੋ ਵੀ ਤੂੰ ਕਹੇਗਾ ਜਿਹੜਾ ਬਚਨ ਕਹੇਗਾ ਸੱਚ ਹੋਏਗਾ ਤੂੰ ਇੱਕ ਵਾਰ ਜੋ ਵੀ ਕਹੇਗਾ ਰਤਨ ਸਿੰਘ ਭੰਗੂ ਨੇ ਇੱਕ ਬੜੀ ਪਿਆਰੀ ਕਾਵ ਰੂਪ ਵਿੱਚ ਘਟਨਾ ਲਿਖੀ ਆ ਕਹਿਣ ਲੱਗਾ ਵੀ ਕਿਸੇ ਬੱਚੀ ਦੇ ਘਰ ਕਿਸੇ ਸਮੇ ਬੱਚੀਆਂ ਆਈਆਂ ਪਰਿਵਾਰ ਆਏ ਸੰਗਤਾਂ ਆਈਆਂ ਜੁੜ ਕੇ ਬੈਠੀਆਂ ਸਣ ਦੀਵਾਨ ਸੱਜਿਆ ਹੋਇਆ ਸੀ ਇੱਕ ਬੱਚੀ ਨੇ ਆ ਕੇ ਬੇਨਤੀ ਕੀਤੀ ਬੰਦਾ ਬਹਾਦਰ ਜੀ ਨੂੰ ਉਹਨੇ ਕਿਹਾ ਤੇਰੀ ਤੂੰ ਕੰਮ ਬੰਦਾ ਜੀ ਖਾਲਸਾ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜਾ ਥਾਪੜਾ ਲੈ ਕੇ ਤੁਰੇ ਜੇ ਤੁਹਾਡੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਾ ਵਰਤਦੀ ਹੈ ਕਿਰਪਾ ਕਰਿਓ ਮੇਰੇ ਤੇ ਬਖਸ਼ਿਸ਼ ਕਰੋ ਉਹਨੇ ਕਿਹਾ ਵੀ 8 ਸਾਲ ਗੁਜ਼ਰ ਗਏ ਨੇ ਮੇਰੇ ਵਿਆਹ ਨੂੰ ਮੇਰੇ ਘਰ ਬੱਚਾ ਕੋਈ ਨਹੀਂ ਔਲਾਦ ਕੋਈ ਨਹੀਂ ਤੇ ਉਸਨੇ ਆਖਿਆ ਖਾਲਸਿਆ ਤੇ ਆਪ ਦੀ ਰਸਨਾ ਉੱਪਰ ਤੇ ਗੁਰੂ ਗੋਬਿੰਦ ਸਿੰਘ ਵਰਤਦਾ ਹੈ ਮੇਰੀ ਅਰਦਾਸ ਹੈ ਨਿਮਾਣੀ ਦੀ ਗਰੀਬਣੀ ਦੀ ਕਿਰਪਾ ਕਰ ਮੇਰੇ ਉੱਪਰ ਵੀ ਭਾਗ ਲਾ ਬਖਸ਼ਿਸ਼ਾਂ ਕਰ ਦੇ ਕਹਿੰਦੇ ਬੰਦਾ ਬਹਾਦਰ ਨੇ ਉੱਠ ਕਰਕੇ ਸੰਗਤ ਵਿੱਚ ਅਰਦਾਸ ਕੀਤੀ ਤੋ ਨੇ ਆਖਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਕੌਮ ਤੇ ਬੜੀ ਭੀੜ ਹੈ ਮੇਰੀ ਮੇਰੀ ਕੌਮ ਨੂੰ ਮਹਾਨ ਸਿੱਖਾਂ ਜੋਧਿਆਂ ਜਰਨੈਲਾਂ ਦੀ ਲੋੜ ਹੈ ਅਗਾਹ ਵੀ ਲੋੜ ਪੈਣੀ ਹੈ ਤੇ ਮੇਰੇ ਸਤਿਗੁਰੂ ਪਾਤਸ਼ਾਹ ਇਸ ਮਾਂ ਨੂੰ ਇਸ ਬੱਚੀ ਨੂੰ ਪੁੱਤਰਾਂ ਦੀ ਦਾਤ ਬਖਸ਼ ਤੇ ਮਹਾਰਾਜ ਇਹਦੇ ਆਉਣ ਵਾਲੇ ਪੁੱਤਰ ਜਿਹੜੇ ਬੱਚੇ ਗੁਰਸਿੱਖ ਜੋਧੇ ਬਣ ਕੇ ਸਿੱਖ ਕੌਮ ਦੀ ਸੇਵਾ ਕਰਨ। ਰਤਨ ਸਿੰਘ ਭੰਗੂ ਲਿਖਦਾ ਵੀ ਸਮਾਂ ਗੁਜਰਿਆ ਤੇ ਉਹਦੇ ਘਰ ਜੁੜਵਾ ਦੋ ਪੁੱਤਰ ਪੈਦਾ ਹੋਏ। ਸੱਚ ਜਿਹਦੇ ਘਰ ਸਮਾਂ ਗੁਜਰਿਆ ਸੀ ਕੋਈ ਕੋਈ ਸੁਣਨ ਵਾਲਾ ਨਹੀਂ ਸੀ ਉਦੀ ਫਰਿਆਦ। ਉਦੀ ਅਰਦਾਸ ਬੰਦਾ ਬਹਾਦਰ ਕਰਦਾ ਆ ਤੇ ਉਹ ਕਦੇ ਵਿਅਰਥ ਨਹੀਂ ਜਾਂਦੀ ਇਹ ਇਹ ਇੰਨੀ ਭਾਵਨਾ ਵਾਲਾ ਸੀ ਇਹ ਜਰਨੈਲ ਤਾਂ ਹੈ ਸੀ ਯੋਦਾ ਤੇ ਹੈ ਸੀ ਉਹਨਾਂ ਸੰਤ ਵੀ ਸੀਗਾ ਸਿਪਾਈ ਤਾਂ ਹੈ ਹੀ ਸੀ ਕਿ ਸੰਤ ਵੀ ਸੀਗਾ ਜਿੰਨਾ ਹੀ ਇਹ ਸਿਪਾਈ ਹੈ ਉਸ ਤੋਂ ਵੱਡਾ ਸੰਤ ਵੀ ਹੈ ਕਿਉਂਕਿ ਇਹਨਾਂ ਵੀ ਬੜੇ ਲੰਮੇ ਧੂਨੇ ਤਾਏ ਨੇ ਬੜੀਆਂ ਲੰਮੀਆਂ ਚੌਕੜੀਆਂ ਲਾਈਆਂ ਇਹਨੇ ਵੀ ਪਰ ਇਹਨਾਂ ਨੂੰ ਇਸ ਚੌਕੜੀਆਂ ਦਾ ਅਭਿਆਸ ਜ਼ਰੂਰ ਸੀ ਸਾਧਨਾ ਦਾ ਅਭਿਆਸ ਜ਼ਰੂਰ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠ ਕੇ ਇਨ੍ਹਾਂ ਚੌਕੜਿਆਂ ਦਾ ਬੈਠਿਆਂ ਹੋਿਆਂ ਜੀਵਨ ਦੇ ਸਫਰ ਦਾ ਮੰਤੋਂ ਪਤਾ ਲੱਗਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਕਿ ਵਾਹਿਗੁਰੂ ਦੀ ਇਬਾਦਤ ਦਾ ਜੀਵਨ 'ਚ ਹੋਣਾ ਕਿੰਨਾ ਜ਼ਰੂਰੀ ਹੈ ਤੀਰਥ ਕਰੈ ਬ੍ਰਤ ਸੁਣ ਰੱਖੈ ਨੈ ਮਨੂਆ ਬਸ ਜਾ ਕੋ ਕੋਈ ਤੀਰਥ ਵੀ ਨਾਵੇ ਬਰਤ ਵੀ ਰਖੇ ਨਹਿ ਮਨੂਆ ਬਸ ਜਾ ਕੋ ਮਨ ਫੇਰ ਵੀ ਵਸ ਵਿੱਚ ਨਹੀਂ ਕੋਈ ਸੋਚਦਾ ਤੀਰਥ ਨਾ ਕੇ ਅਰਦਾਸ ਪੁੰਨ ਕਿਰਿਆ ਕਰਾਂਗਾ ਸ਼ਾਇਦ ਆਹ ਮੰਨ ਦੀ ਇੱਛਾ ਪੂਰੀ ਹੋ ਜਾਏਗੀ ਵੈਸੇ ਮਾਫ ਕਰਿਓ ਅੱਜ ਦਾ ਦੌਰ ਐਸਾ ਹੈ ਪਰ ਗੁਰਮਤਿਸ ਗੱਲ ਨੂੰ ਨਹੀਂ ਮੰਦੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਖਣਾ ਸ਼ਬਦ ਕਿਤੇ ਨਹੀਂ ਜਿਹਾਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਿੱਖ ਨੂੰ ਅਰਦਾਸ ਤੇ ਵਿਸ਼ਵਾਸ ਕਰਨ ਦੀ ਜਾ ਸਿਖਾਈ ਹੈ ਕਿ ਅਰਦਾਸ ਕਿਵੇਂ ਕਰਨੀ ਤੇ ਵਿਸ਼ਵਾਸ ਕਿਵੇਂ ਰੱਖਣਾ ਹੈ ਅਸੀਂ ਅਰਦਾਸ ਕੀਤੀ ਤੇ ਕਰਕੇ ਜਦੋਂ ਨਿਕਲਦੇ ਆਂ ਤੇ ਕਿਤੇ ਨਾ ਕਿਤੇ ਫੇਰ ਮੁੜ ਕੇ ਜਾ ਕੇ ਫਿਰ ਹੋਰ ਥਾਂ ਤੇ ਕਰਾਉਣ ਲੱਗ ਪੈਂਦੇ ਆ ਕਿਉਂਕਿ ਵਿਸ਼ਵਾਸ ਨਹੀਂ ਵੱਜਾ ਤੇ ਜੇ ਇਦਾਂ ਦਾ ਸੁਭਾਅ ਹੈ ਤੇ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਕੈ ਲੱਗੀ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵਕਰਤ ਜਨ ਜਨ ਕੀ ਦਵਾਰੇ ਦਵਾਰ ਸੁਵਾਨ ਜੂ ਡੋਲਤ ਨੈ ਸੁਧ ਰਾਮ ਭਜਨ ਕੀ ਮਹਾਰਾ ਕਹਿੰਦੇ ਫਿਰ ਸੁਖ ਤੇ ਲੈਣ ਵਾਸਤੇ ਗਿਆ ਸੀ ਪਰ ਦੁਖ ਲੈ ਕੇ ਆ ਕਿਉਂਕਿ ਤੂੰ ਸੇਵ ਕਰ ਤੇ ਜਨ ਜਨ ਕੀ ਜਣੇ ਖਣੇ ਤੇ ਜਾ ਕੇ ਮੱਥਾ ਡੇਕਣ ਲੱਗ ਪਿਆ ਇੱਕ ਤੇ ਤੇ ਵਿਸ਼ਵਾਸ ਬਣਿਆ ਹੀ ਨਹੀਂ ਜਦੋਂ ਇੱਕ ਤੇ ਵਿਸ਼ਵਾਸ ਬਣਦਾ ਉਸ ਇੱਕ ਤੁਸੀਂ ਵੇਖੋ ਇੱਕ ਕੰਮ ਤੁਸੀਂ ਦੋ ਬੰਦਿਆਂ ਨੂੰ ਕਹਿ ਦੋਗੇ ਨਾ ਉਹ ਨਹੀਂ ਹੋਏਗਾ ਕਿਉਂਕਿ ਉਹਨੂੰ ਪਤਾ ਹੈ ਦੂਜੇ ਨੇ ਕਹਿਣਾ ਉਹਨੇ ਕਰ ਦੇਣਾ ਦੂਜੇ ਨੇ ਕਹਿਣਾ ਉਹਨੇ ਕਰ ਦੇਣਾ ਪਰ ਕਰਨਾ ਕਿਸੇ ਨੇ ਨਹੀਂ ਇੱਕ ਨੂੰ ਕਿਹਾ ਹੋਏਗਾ ਤੇ ਪਤਾ ਵੀ ਉਹਨੇ ਮੈਨੂੰ ਕਿਹਾ ਮੁਰ ਕੇ ਮੈਨੂੰ ਪੁੱਛਣਾ ਉਹਨੇ ਆ ਕੇ ਇੱਕ ਨੂੰ ਕਿਹਾ ਹੋਏਗਾ ਤੇ ਇੱਕ ਨੂੰ ਪਤਾ ਵੀ ਇਨੇ ਮੈਨੂੰ ਬੇਨਤੀ ਕਰੀ ਆ ਤੇ ਮੇਰਾ ਫਰਜ਼ ਹੈ ਹੁਣ ਇੱਕ ਦੀ ਜੇ ਇਹਦੇ ਵਿਸ਼ਵਾਸ ਹੈ ਤੇ ਮੈਂ ਇਹ ਗੱਲ ਸੁਣ ਲਵਾਂ ਇਸ ਤਰ੍ਹਾਂ ਹੈ ਸਤਿਗੁਰ ਕਹਿੰਦੇ ਨੇ ਤੀਰਥ ਕਰੈ ਬ੍ਰਤ ਫੁਣ ਰੱਖੈ ਨੈ ਮਨੁਆ ਬਸ ਜਾ ਕੇ ਤੀਰਥ ਵੀ ਕੋਈ ਜਾਵੇ ਪਰ ਮਾਲਕ ਦੇ ਤੀਰਥ ਵੀ ਜਾ ਕੇ ਵੇਖ ਲੋ ਫਿਰ ਵੀ ਮਨੁੱਖ ਹਮੇ ਦਾ ਭਰਿਆ ਹੈ ਜਗ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੂਜੇ ਭਾਏ ਮਲ ਹਉ ਮੈ ਧੋਤੀ ਕਿਵੇ ਨਾ ਉਤਰੇ ਜੇ ਸੌ ਤੀਰਥ ਨਾਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਮੁਖ ਹਉ ਹਉ ਕਰਥ ਕੇ ਮੈਲ ਨਾ ਸਕੀ ਤੋਏ ਬੰਦਾ ਤੀਰਥ ਤੇ ਵੀ ਗਿਆ ਪਰ ਮੈਲ ਨਹੀਂ ਧੋ ਸਕਿਆ ਉਹ ਮੈਲ ਉਦਾਂ ਹੀ ਐ ਮੈਲ ਧੁੱਪ ਦੀ ਉਹ ਦਿਨ ਜਿੱਦਣ ਗਿਆ ਤੇ ਹੈ ਕਿਸੇ ਦੇ ਔਗਣ ਨਹੀਂ ਵੇਖ ਕੇ ਆਇਆ ਕਿਸੇ ਦੀਆਂ ਬੁਰਾਈਆਂ ਨਹੀਂ ਵੇਖ ਕੇ ਆਇਆ ਇੱਕ ਬੜੀ ਪਿਆਰੀ ਗੱਥਾ ਹੈ ਹੁਸ਼ਿਆਰਪੁਰ ਦੇ ਲੱਗ ਗੜਦੀਵਾਲ ਇਲਾਕਾ ਹੈ ਪਿੰਡ ਬੜਾ ਸੁੰਦਰ ਸਥਾਨ ਬਣਿਆ ਹੋਇਆ ਮਹਾਪੁਰਖਾਂ ਦਾ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬੜੇ ਪਿਆਰ ਵਾਲੇ ਨੇ ਉਹ ਉਹਨਾਂ ਦੀ ਜੀਵਨੀ ਘਟਨਾ ਬੜੀ ਵਧੀਆ ਹੈ ਉਸਕਿ ਦਰਸ਼ਨ ਕਰਿਓ ਕਦੇ ਉਹ ਸਥਾਨ ਬੜਾ ਪਿਆਰਾ ਆ ਬਹੁਤ ਇਬਾਦਤ ਵਿੱਚ ਉਥੇ ਹੁੰਦੀ ਹੈ ਬੜੀ ਰੱਬ ਦੀ ਬੰਦਗੀ ਉਸ ਥਾਂ ਦੇ ਉੱਤੇ ਹੋਈ ਹੈ ਉਨ੍ਹਾਂ ਦੇ ਜੀਵਨ ਦੀ ਘਟਨਾ ਹੈ ਕਹਿੰਦੇ ਵੀ satsang ਹੋ ਰਿਹਾ ਸੀ ਕੀਰਤਨ ਦਰਬਾਰ ਸਮਾਪਤੀ ਹੋਈ ਇੱਕ ਨੌਜਵਾਨ ਆ ਕੇ ਆਖਣ ਲੱਗਾ ਬਾਬਾ ਜੀ ਬੇਨਤੀ ਕਰਾਂ ਕਿ ਨਾ ਦੱਸੋ ਕਹਿੰਦੇ ਬਾਬਾ ਜੀ ਮੈਂ ਸੰਗਤ ਕਰਦਿਆਂ ਕਰਦਿਆਂ ਇੱਕ ਗੱਲ ਵੇਖੀ ਵੀ ਆਹ ਜਿਹੜਾ ਸਾਹਮਣੇ ਬੰਦਾ ਬੈਠਾ ਹੈ ਨਾ ਮੇਰੇ ਇਹਨੇ ਬੰਦੇ ਨੇ ਇੱਕ ਮਿੰਟ satsang ਨਹੀਂ ਸੁਣਿਆ ਇਹਨੇ ਨਾ ਕਥਾ ਸੁਣੀ ਨਾ ਇਹਨੇ ਕੀਰਤਨ ਸੁਣਿਆ ਕਹਿੰਦੇ ਕਿਉਂ ਕਹਿੰਦੇ ਮੈਂ ਵੇਂਦਾ ਸੀਗਾ ਇਹ ਕਦੀ ਇੱਧਰ ਨੂੰ ਵੇਂਦਾ ਹੈ ਕਦੀ ਉੱਧਰ ਨੂੰ ਵੇਂਦਾ ਹੈ ਚਾਰ ਚਫੇਰੇ ਤੌਣ ਕਮਾਈ ਜਾਂਦਾ ਹੈ ਬਾਬਾ ਨਾ ਤੇਰਾ ਧਿਆਨ ਕਿੱਥੇ ਸੀਗਾ ਤੂੰ ਕਿੱਧਰ ਵੇਂਦਾ ਸੀ ਜੇ ਉਹ ਨਹੀਂ ਕਰ ਸਕਿਆ ਤੇ ਤੇਰਾ ਧਿਆਨ ਤੇ ਉਹਦੇ ਵਿੱਚ ਸੀ ਨਾ ਤੇਰਾ ਧਿਆਨ ਤੇ ਉਹਦੀਆਂ ਕਮੀਆਂ ਲੱਭਣ ਤੇ ਲੱਗਾ ਹੋਇਆ ਸੀ ਤੂੰ ਤੇ ਨੋਟ ਕਰ ਰਿਆ ਸੀ ਉਹ ਕਿੱਦਾਂ ਬੈਠਾ ਕਿੱਧਰ ਵੇਂਦਾ ਹੈ ਕੀ ਕਰ ਰਿਹਾ ਹੈ ਨਾ ਸੰਗਤ ਤੂੰ ਕੀਤੀ ਨਾ ਉਹਨੇ ਕੀਤੀ ਹੈ ਤੂੰ ਵੀ ਉਹ ਹੋ ਜਾਈਂ ਐ ਇਦਾਂ ਹੁੰਦਾ ਹੈ ਅਸੀਂ ਸਿਰ ਸੋਚਦੇ ਹਾਂ ਵੀ ਜੇ ਸਾਡੇ ਚ ਅਸੀਂ ਕਿਸੇ ਚੋਂ ਔਗਣ ਲੱਭ ਲਿਆ ਤਾਂ ਸਾਡੇ ਚ ਕਿਸੇ ਨਾਲ ਲੱਭਣਾ ਹੀ ਨਹੀਂ ਸਾਡੇ ਚ ਵੀ ਹੈ ਔਗਣ ਤੇ ਹਰ ਬੰਦੇ ਵਿੱਚ ਹੈ ਤੇ ਮੇਰਾ ਸਤਗੁਰ ਸੱਚਾ ਪਾਤਸ਼ਾਹ ਇਸ ਗੱਲ ਦੀ ਤਗੀਦ ਕਰਦਾ ਹੈ ਕਿ ਜਦੋਂ ਜਿੱਥੇ ਜਾਏ ਬਈਏ ਭਲਾ ਕਈਏ ਛੋੜ ਔਗਣ ਚੱਲੀਏ ਜਿੱਥੇ ਜਾ ਕੇ ਬਹਿਣਾ ਭਲੇ ਦੀ ਗੱਲ ਕਰਨੀ ਔਗਣ ਛੱਡ ਕੇ ਹੀ ਗੁਰੂ ਦੀ ਗੱਲ ਕਰਨੀ ਹੈ ਇਸੇ ਤਰ੍ਹਾਂ ਮੇਰੇ ਸਾਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੀਰਥਕ ਕਰੈ ਬ੍ਰਤ ਫੁਣ ਰੱਖੇ ਨੈ ਮਨੁਆ ਬਸ ਜਾ ਕੋ ਨੈ ਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਯਾ ਕੋ ਇਹ ਜੀਵਨ ਉਦਨ ਹੀ ਸਫਲ ਹੈ ਜਿਹਦੇ ਨੇ ਗੁਰੂ ਦੀ ਬਖਸ਼ਿਸ਼ ਮਿਲੇ ਨਹੀਂ ਤੇ ਕਹਿੰਦੇ ਨੈ ਫਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਯਾ ਕੋ ਇਹ ਗੱਲ ਸੱਚ ਕਰਕੇ ਕਹਿਣਾ ਹੈ ਜੇ ਰੱਬ ਦੀ ਇਬਾਦਤ ਨਹੀਂ ਵਹਿ ਗੁਰੂ ਦੀ ਯਾਦ ਜੀਵਨ ਵਿੱਚ ਨਹੀਂ ਤੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਮ ਕਰਮ ਕੀਤੇ ਸਭ ਨਫਲ ਹੈ ਜੀ ਕੀ ਏਕਾ ਹੀ ਪਹਿਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਣ ਤਿਲ ਨਹੀਂ ਕੀਮਤ ਜਾਨੀ ਜੈਸੇ ਪਾਹਨ ਜਲ ਮੇ ਰੱਖਿਓ ਭੀਦੇ ਨਹਿ ਕਿ ਤਹਿ ਪਾਨੀ ਹੁਣ ਇਹ ਉਦਾਹਰਨ ਬੜੀ ਪਿਆਰੀ ਹੈ ਕਿ ਇੱਕ ਪੱਥਰ ਨੂੰ ਪਾਣੀ ਚ ਰੱਖੋ ਕਦੇ ਵੀ ਉਹ ਨਰਮ ਨਹੀਂ ਹੋਏਗਾ ਇੱਕ ਸਾਖੀ ਬੜੀ ਪਿਆਰੀ ਆਉਂਦੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਇੱਕ ਸਵਾਲ ਕੀਤਾ ਸੀ ਗੁਰੂ ਸਾਹਿਬ ਮਹਾਰਾਜ ਸਾਨੂੰ ਇਹ ਦੱਸਣਾ ਕਰੋ ਸੰਗਤ ਵਿੱਚ ਬੰਦੇ ਕਿੰਨੇ ਤਰ੍ਹਾਂ ਦੇ ਆਉਂਦੇ ਹਨ ਕਿਵੇਂ ਦੇ ਆਉਂਦੇ ਹਨ ਤਾਂ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਤਿੰਨ ਬਰਤਨ ਪਾਣੀ ਦੇ ਲਿਆਓ ਤਿੰਨ ਬਰਤਨ ਪਾਣੀ ਦੇ ਭਰਾਏ ਇੱਕ ਬਰਤਨ ਵਿੱਚ ਪੱਥਰ ਪਾਇਆ ਇੱਕ ਬਰਤਨ ਵਿੱਚ ਮਿੱਟੀ ਦਾ ਢੇਲਾ ਪਾਇਆ ਤੇ ਇੱਕ ਬਰਤਨ ਚ ਪਤਾਸਾ ਪਾ ਦਿੱਤਾ ਤੇ ਮਹਾਰਾਜ ਜੀ ਨੇ ਤੈਨੂੰ ਸਾਰਿਆਂ ਨੂੰ ਹਲਾਓ ਉਹ ਹਲਾਇਆ ਗਿਆ ਕੁਝ ਸਮਾਂ ਹਲਾਉਂਦੇ ਰਹੇ ਉਸ ਤੋਂ ਬਾਅਦ ਮਾਰਗ ਦੇ ਹੁਣ ਇਹਨਾਂ ਨੂੰ ਬਾਹਰ ਕੱਢੋ ਤੇ ਬਾਹਰ ਨਿਕਲਣਾ ਸਿਰਫ ਕੱਲਾ ਪੱਥਰ ਹੀ ਨਿਕਲਣਾ ਸੀਗਾ ਮਿੱਟੀ ਵੀ ਖੁੱਲ ਗਈ ਐ ਤੇ ਪਤਾਸਾ ਵੀ ਖੁੱਲ ਗਿਆ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਪੱਥਰ ਕੱਢ ਕੇ ਰੱਖਿਆ ਅੰਗਰੇਜ਼ ਬਾਤ ਸਤਿਗੁਰ ਸਾਹਿਬਸ ਇਹ ਹੀ ਬਚਿਆ ਬਾਕੀ ਸਭ ਕੁਝ ਪਾਣੀ ਚ ਕੁਲਿਆ ਪਿਆ ਮਰਨੇ ਸਮਝ ਆਈ ਕੁਛ ਕਹਿੰਦੇ ਨਹੀਂ ਗੁਰੂ ਸਾਹਿਬ ਸਮਝਾਓ ਸਾਨੂੰ ਕਹਿੰਦੇ ਪਹਿਲੇ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਹੜੇ ਪੱਥਰ ਦੀ ਤਰ੍ਹਾਂ ਹਨ ਜਿੰਨਾ ਚਿਰ ਇਹ ਪਾਣੀ ਚ ਪਏ ਓਨਾ ਚਿਰ ਹੀ ਗਿੱਲੇ ਨੇ ਬਾਹਰ ਕੱਢੂ ਤੇ ਸੁੱਕ ਜਾਂਦਾ ਹੈ ਪੀ ਕੁਝ ਲੋਕ ਓਨਾ ਕੁ ਚਿਰ ਹੀ ਗੁਰੂ ਵਾਲੇ ਨੇ ਜਿੰਨਾ ਕੁ ਚਿਰ ਸੰਗਤ ਵਿੱਚ ਰਹਿੰਦੇ ਨੇ ਤੇ ਜਦੋਂ ਸੰਗਤ ਤੋਂ ਬਾਹਰ ਨਿਕਲ ਜਾਂਦੇ ਜ ਸੰਗਤ ਤੋਂ ਬਾਹਰ ਹੋਏ ਤਾਂ ਉਹ ਫਿਰ ਓਵੇਂ ਪੱਥਰ ਦੇ ਪੱਥਰ ਫਿਰ ਬਣ ਗਏ ਉਹਨਾਂ ਦੇ ਚਿੱਤ ਕਠੋਰ ਦੇ ਕਠੋਰ ਹੀ ਰਹੇ ਨਿਰਮਲ ਨਹੀਂ ਹੋ ਸਕੇ ਦੂਜੇ ਉਹ ਨੇ ਜਿੰਨਾ ਜਿਹੜੇ ਮਿੱਟੀ ਦੇ ਢੇਲੇ ਵਰਗੇ ਨੇ ਆਪ ਵੀ ਗੰਦਲੇ ਨੇ ਤੇ ਦੂਜੇ ਨੂੰ ਵੀ ਗੰਦਲਿਆ ਕਰਦੇ ਨੇ ਜਿਹੜੇ ਆਪ ਵੀ ਗੰਦਗੀ ਨਾਲ ਭਰੇ ਨੇ ਤੇ ਜਿੱਥੇ ਜਾਣਗੇ ਉੱਥੇ ਗੰਦਗੀ ਹੀ ਫਿਲਾ ਦੇਣਗੇ ਸਾਰੇ ਜਾ ਕੇ ਭਾਵੇਂ ਜੇ ਆਪ ਨਿੰਦਿਆ ਚੁਗਲੀਆਂ ਈਰਖਾ ਚ ਭਰੇ ਨੇ ਤੇ ਦੂਜਣ ਨੂੰ ਉਹ ਚੀਜ਼ ਸਿਖਾ ਦਿੰਦੇ ਨੇ ਤੇ ਤੀਜੇ ਹੁੰਦੇ ਨੇ ਉਹ ਪਤਾਸੇ ਵਰਗੇ ਪਤਾਸਾ ਹੁਣ ਲੱਭਦਾ ਨਹੀਂ ਸੀ ਪਾਣੀ ਵਿੱਚ ਗਲਿਆ ਹੋਇਆ ਮਹਾਰਗ ਨੇ ਤੀਜੇ ਉਹ ਹੁੰਦੇ ਨੇ ਜਿਹੜੇ ਪਤਾ ਸਿੜਿਤਨਾ ਪਰਮਾਤਮਾ ਵਿੱਚ ਅਪੇਧ ਹੋ ਗਏ ਵੈਗੁਰੂ ਵਿੱਚ ਇਕਮਿਕ ਹੋ ਗਏ ਤੇ ਜਿੱਥੇ ਵੀ ਉਹ ਗਏ ਨੇ ਮਠਾਸ ਹੀ ਪੈਦਾ ਕੀਤੀ ਹੈ ਉੱਥੇ ਮਠਾਸ ਹੀ ਵੰਡੀ ਹੈ ਗੁਣ ਹੀ ਵੰਡਿਆ ਹੈ ਉਹ ਸੰਗਤ ਜਿੱਥੇ ਜਾ ਕੇ ਬੈਠੇ ਨੇ ਉਹ ਇਕਮਿਕ ਹੋ ਗਏ ਰੱਬ ਦੇ ਨਾਲ ਗੁਰੂ ਕੀ ਸੰਗਤ ਨਾਲ ਸਾਰੀ ਸੰਗਤ ਨੂੰ ਇੱਕ ਥਾਂ ਜੋੜ ਕੇ ਗੁਰੂ ਨਾਲ ਜੋੜ ਦਿੱਤਾ ਇਸ ਤਰ੍ਹਾਂ ਕਰਨ ਵਾਲੇ ਇਹ ਤੀਜੇ ਤਰ੍ਹਾਂ ਦੇ ਹੁੰਦੇ ਤੇ ਗੁਰੂ ਸਾਹਿਬ ਕਹਿੰਦੇ ਮੈਨੂੰ ਤੇ ਉਹੀ ਗੁਰਸਿੱਖ ਪਿਆਰੇ ਨੇ ਜਿਹੜੇ ਇਹ ਪਤਾਸੇ ਢੀਂ ਤਰ੍ਹਾਂ ਹੋਣ ਨਾ ਪੱਥਰ ਵਾਲੇ ਪ੍ਰਵਾਨ ਤੇ ਨਾਲ ਮਿੱਟੀ ਦੇ ਢੇਲੇ ਵਾਲੇ ਪ੍ਰਵਾਨ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੈਸੇ ਪਾਹਣ ਜਲ ਮੈਂ ਰੱਖਿਓ ਭੇਦੇ ਨਾਹੇ ਤੇ ਪਾਨੀ ਜਿੱਦਾਂ ਪੱਥਰ ਪਾਣੀ ਚ ਰੱਖਿਆ ਜਾਏ ਜਿੰਨਾ ਚਿਰ ਮਰਜੀ ਰੱਖਿਆ ਜਾਏ ਉਹ ਕਦੇ ਵੀ ਪਾਣੀ ਚ ਪਿਆ ਨਰਮ ਨਹੀਂ ਹੁੰਦਾ ਹਾਂ ਗਿੱਲਾ ਜ਼ਰੂਰ ਹੁੰਦਾ ਪਰ ਬਾਅਦ ਕੱਢਣ ਤੇ ਸੁੱਕ ਜਾਂਦਾ ਛੇਤੀ ਹੀ ਨਰਮ ਨਹੀਂ ਕਦੇ ਹੋਏਗਾ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਪੱਥਰ ਪਾਣੀ ਰਖੀ ਐ ਮਨ ਹੱਠ ਨਾ ਘਟੈ ਉਹ ਕਦੇ ਹੱਠ ਨਹੀਂ ਉਹਦਾ ਘਟਦਾ ਇਹ ਗੱਲ ਅਸਲ ਚ ਬੰਦੇ ਦੇ ਹਿਰਦੇ ਦੀ ਆ ਮਨੁੱਖ ਦੇ ਅੰਦਰ ਜਿਹੜਾ ਦਿਲ ਹੈ ਨਾ ਜਦੋਂ ਪੱਥਰ ਬਣ ਜਾਂਦਾ ਨਾ ਉਦੋਂ ਫਿਰ ਇਹ ਕਿਸੇ ਤੋਂ ਪਰਤਰਸ ਨਹੀਂ ਕਰਦਾ ਦਇਆ ਨਹੀਂ ਕਰਦਾ ਰਹਿਮ ਨਹੀਂ ਕਰਦਾ ਪੱਥਰ ਦਿਲ ਬੰਦਾ ਜਿਹੜਾ ਆ ਉਹੀ ਬੁਰਾ ਕਰਦਾ ਆ ਜਿਹੜਾ ਸ਼ਬਦ ਮਹਾਰਾਏ ਨੇ ਬਾਣੀ 'ਚ ਵਰਤਿਆ ਨਾ ਜੀ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੈ ਘਾਤੀ ਇਹ ਸ਼ਬਦ ਜਿਹੜਾ ਜਿਤਾ ਸਮੁੰਦ ਸਾਗਰ ਨੀਰ ਪਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾਵੋ ਡੁੱਬਦੇ ਪੱਥਰ ਤਾਰੇ ਇਹ ਸ਼ਬਦ ਮਹਾਰਾਜ ਨੇ ਇਸੇ ਕਰਕੇ ਵਰਤਿਆ ਮਹਾਰਾਜ ਮੇਰਾ ਹਿਰਦਾ ਪੱਥਰ ਦੀ ਤਰ੍ਹਾਂ ਹੋ ਗਿਆ ਤੂੰ ਕਿਰਪਾ ਕਰ ਮਹਾਰਾਜ ਇਹ ਡੁੱਬ ਜਿਹੜਾ ਪੱਥਰ ਹੁਣ ਪਾਣੀ 'ਚ ਹੈ ਇਹ ਤਰੇਗਾ ਹਾ ਡੁੱਬ ਜਾਏਗਾ ਮਹਾਰਾਜੀ ਮੇਰਾ ਹਿਰਦਾ ਪੱਥਰ ਦੀ ਤਰ੍ਹਾਂ ਭਾਰਾ ਹੋ ਗਿਆ ਸਖਤ ਹੋ ਗਿਆ ਡੁੱਬਦਾ ਹੀ ਜਾ ਰਿਹਾ ਹੈ ਜੋ ਦੋਬਦੇ ਹੋਏ ਹਿਰਦੇ ਰੂ ਵੀ ਪੱਥਰ ਨੂੰ ਮਾਰੈ ਵਿਚਾਲਾ ਇਹਨੂੰ ਨਰਮ ਕਰ ਦੇ ਇਹਦੇ ਅੰਦਰ ਮਾ ਸੱਚੇ ਪਾਤਸ਼ਾਹ ਇਹ ਕਠੋਰਤਾ ਕੱਢ ਦੇ ਜਿੰਨ ਕੇ ਚਿੱਤ ਕਠੋਰ ਹੈ ਸੇ ਬਹਿਣ ਸਤਗੁਰ ਪਾਸ ਕਿਉਂ ਕਿਉਂ ਇੱਥੇ ਸੱਚ ਵਰਦਾ ਕੁੜਿਆਰਾ ਚਿੱਤ ਉਦਾਸ ਊੜਿਆਰ ਕੁੜਿਆਰੀ ਜਾਇ ਰਲੈ ਫਿਰ ਜਾਹੇ ਬਹਿ ਕੁੜਿਆਰਾ ਪਾਸ ਚਿੱਤ ਕਠੋਰ ਹੈ ਬਾਦਸ਼ਾਹ ਕਹਿੰਦੇ ਹਨ ਤੈਸੇ ਹੀ ਤੂੰ ਮਤਾਹੇ ਪਛਾਨੋ ਭਗਤ ਹੀਣ ਜੋ ਪ੍ਰਾਨੀ ਇਸੇ ਤਰ੍ਹਾਂ ਉਹ ਬੰਦੇ ਨੂੰ ਪਛਾਨੋ ਜਿਹੜਾ ਭਗਤੀ ਤੋਂ ਹੀਣਾ ਬੰਦਾ ਹੈ ਵਾਹਿਗੁਰੂ ਦੇ ਨਾਮ ਤੋਂ ਟੁੱਟਾ ਹੋਇਆ ਬੰਦਾ ਹੈ ਕਲਮੈ ਮੁਕਤ ਨਾਮ ਤੇ ਪਾਵਤ ਗੁਰ ਇਹ ਪੇਧ ਬਤਾਵੇ ਸਕਲ ਮੈ ਨੇ ਇਸ ਕਲਯੁਗ ਦੇ ਵਿੱਚ ਮੁਕਤ ਨਾਮ ਤੇ ਪਾਵਤ ਜਿਨ੍ਹਾਂ ਨੇ ਇਸ ਕਲਯੁਗ ਦੇ ਵਿੱਚ ਮੁਕਤੀ ਪਾਈ ਹੈ ਪਰਮੇਸ਼ਰ ਦੇ ਨਾਮ ਤੋਂ ਹੀ ਪਾਈ ਹੈ ਗੁਰ ਸਤਗੁਰ ਦੀ ਬਾਣੀ ਨਾਲ ਹੀ ਪਾਈ ਹੈ ਕਹਿੰਦੇ ਨੇ ਗੁਰੇ ਇਹ ਭੇਦ ਬਤਾਵੇ ਗੁਰੂ ਨੇ ਇਹੀ ਭੇਦ ਦੱਸਿਆ ਹੈ ਤੇ ਇਹ ਆਪਾਂ ਜ਼ਿਕਰ ਕੱਲ ਵੀ ਕੀਤਾ ਸੀ ਬਾਣੀ ਵਿੱਚ ਵੀ ਭਗਤ ਬਿਨਾ ਸੈ ਸਾਨ ਨਹ ਚੁਕੇ ਗੁਰ ਇਹ ਭੇਦ ਬਤਾਵੇ ਗੁਰੂ ਹੀ ਅਸਲ ਭੇਦ ਦੱਸਣ ਵਾਲਾ ਹੈ ਬਾਕੀ ਤੇ ਲੋਕ ਭੇਦ ਲਗਾਉਂਦੇ ਨੇ ਗੁਰੂ ਭੇਦ ਦੱਸਦਾ ਹੈ ਤੇ ਭੇਦ ਉਹ ਦੱਸੇਗਾ ਜਿੱਚ ਸਾਡਾ ਭਲਾ ਹੈ ਸਾਡਾ ਜਿੱਚ ਬਚਾ ਹੈ ਮਰਨ ਬਖਸ਼ਿਸ਼ ਕੀਤੀ ਅਖੀਰਲੀ ਪੰਕਤੀ ਆ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਗਰੂਆ ਦਾ ਅਰਥ ਹੁੰਦਾ ਹੈ ਭਾਰਾ ਸਨਮਾਨ ਜੋਗ ਹੁਣ ਜਦੋਂ ਛਾਬੇ ਚ ਤੱਕੜੀ ਚ ਕੋਈ ਸਮਾਨ ਤੋਲਿਆ ਜਾਏ ਤੇ ਜਿਹੜਾ ਠਾਂ ਨਿਮਦਾ ਉਹੀ ਖਜ਼ਾਨੇ ਚ ਪੈਂਦਾ ਹੈ ਨਾ ਜਿਹੜਾ ਪਛਾਬਾ ਭਾਰਾ ਹੋ ਜਾਂਦਾ ਹੈ ਨਾ ਉਹੀ ਥੈਲੇ ਚ ਪੈਂਦਾ ਹੈ ਤੇ ਸਤਗੁਰੂ ਕਹਿੰਦੇ ਨੇ ਜਿਹੜਾ ਜਿਹੜਾ ਗੁਣਵਾਨ ਹੋ ਜਾਏ ਜਿਨੇ ਰੱਬ ਦੇ ਗੁਣਾ ਦੀ ਇਬਾਦਤ ਜੀਵਨ ਚ ਵਸਾਈ ਹੈ ਉਹ ਗਰੂਆ ਮੈਨੇ ਭਾਰਾ ਸਤਕਾਰ ਜੋਗ ਹੋ ਗਿਆ ਜੋ ਪ੍ਰਭ ਕੇ ਗੁਣ ਗਾਵੇ ਉਹੀ ਮੁਕਤ ਹੈ ਤੇ ਉਸ ਨੇ ਪ੍ਰਭ ਦੇ ਗੁਣ ਗਾਏ ਨੇ ਕਿਉਂਕਿ ਉਹ ਸਨਮਾਨਯੋਗ ਹੈ ਗਰੂਆ ਹੈ ਇਸ ਕਰਕੇ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਬਾਣੀ ਉਹ ਸੰਸਾਰ ਵਿੱਚ ਗੁਨਾ ਕਰਕੇ ਪਾਰੇ ਜਾਣੇ ਗਏ ਗੁਰੂ ਗੁਰੂ ਨਾਲ ਜੁੜ ਕੇ ਇੱਕ ਬਿਕ ਹੋ ਗਏ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ